ਅੰਮ੍ਰਿਤਸਰ ਚਟਾਰੀ ਸਰਹੱਦ ਤੋਂ ਮਿਲਿਆ ਡਰੋਨ, ਬੀਐਸਐਫ ਦੇ ਡਰੋਨ ਨੂੰ ਲਿਆ ਕਬਜ਼ੇ 'ਚ। ਡਰੋਨ ਨੂੰ ਕਬਜ਼ੇ 'ਚ ਲੈ ਕੇ ਬੀਐਸਐਫ ਕਰ ਰਹੀ ਹੈ ਜਾਂਚ। ਕੁਝ ਦਿਨ ਪਹਿਲਾਂ ਤਰਨ ਤਾਰਨ ਤੋਂ ਬਰਾਮਦ ਹੋਇਆ ਸੀ ਡਰੋਨ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ। ਸੁਖਬੀਰ ਬਾਦਲ ਦਾ ਬਿਆਨ, ਹਰਿਆਣਾ 'ਚ ਆਪਣੇ ਦਮ 'ਤੇ ਚੋਣ ਲੜੇਗਾ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਜ਼ਿੰਦਗੀ ਭਾਜਪਾ ਦਾ ਸਾਥ ਨਿਭਾਇਆ। ਦਿੱਲੀ 'ਚ ਸਿੱਖ ਨੌਜਵਾਨ ਨਾਲ ਤਸ਼ੱਦਦ ਦਾ ਮਾਮਲਾ, ਕੱਪੜੇ ਉਤਰਵਾ ਕੇ ਬਣਾਈ ਗਈ ਵੀਡੀਓ, ਪਿਸਤੌਲ ਦੀ ਨੋਕ 'ਤੇ ਉਤਰਵਾਏ ਗਏ ਕੱਪੜੇ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ 'ਤੇ ਲੱਗੇ ਇਲਜ਼ਾਮ। ਨੌਜਵਾਨ ਦੇ ਕੱਪੜੇ ਉਤਰਵਾ ਕੇ ਕੀਤੀ ਗਈ ਕੁੱਟਮਾਰ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ। ਮਾਤਾ ਚੰਦ ਕੌਰ ਕਤਲ ਮਾਮਲੇ 'ਚ 3 ਸਾਲਾਂ ਬਾਅਦ ਸੀਬੀਆਈ ਨੇ ਕੀਤੀ ਪਹਿਲੀ ਗ੍ਰਿਫਤਾਰੀ। ਨਾਮਧਾਰੀ ਸੰਪਰਦਾ ਦੇ ਮੁਖੀ ਦੀ ਪਤਨੀ ਸੀ ਮਾਤਾ ਚੰਦ ਕੌਰ। ਪਰਵਿੰਦਰ ਸਿੰਘ ਡਿੰਪਾ ਨੂੰ ਕੀਤਾ ਗਿਆ ਗ੍ਰਿਫਤਾਰ। ਜਲੰਧਰ ਕਾਰ ਬੰਬ ਧਮਾਕੇ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਹੈ ਡਿੰਪਾ। ਅਦਾਲਤ ਨੇ ਡਿੰਪਾ ਨੂੰ 30 ਸਤੰਬਰ ਤੱਕ ਰਿਮਾਂਡ 'ਤੇ ਭੇਜਿਆ। ਬਰਗਾੜੀ ਬੇਅਦਬੀ ਤੇ ਸੀਐਮ ਕੈਪਟਨ ਦਾ ਵੱਡਾ ਬਿਆਨ, ਕਿਹਾ ਬਰਗਾੜੀ ਜਾਂਚ ਨੂੰ ਲੈ ਕੇ ਸੀਬੀਆਈ ਤੇ ਭਰੋਸਾ ਨਹੀਂ। ਬਰਗਾੜੀ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਹਰ ਪੱਧਰ ਤੇ ਲੜੇਗੀ। ਕੇਂਦਰ ਤੋਂ ਕੇਸ ਵਾਪਸ ਲੈਣ ਲਈ ਹਰਸਿਮਰਤ ਬਣਾਏ ਦਬਾਅ, ਕੇਸ ਵਾਪਸ ਨਾ ਮਿਲਣ ਤੇ ਹਰਸਿਮਰਤ ਦੇ ਅਸਤੀਫਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੇ ਦੌਰੇ ਤੇ ਅੱਜ ਆਖਰੀ ਦਿਨ, ਪ੍ਰਧਾਨ ਮੰਤਰੀ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਕਰਨਗੇ ਸੰਬੋਧਨ।